सोनालिका दसो जी ए बारे 2015 मॉडल है जी। हाँ जी सर का नंबर है, लोकल नंबर है। अच्छा पहले मालिक है, सारा ओरिजिनल है, नवे टायर है। ठीक है जी। हाँ टॉप मॉडल है, PV30 नंबर आ। हाँ 15 4,60,000 रुपये का रेट लगे हुआ, किन्ने का बन जाना मौके पर ही ये दे देंगे 4,35,000 रुपये का। लो भी वीरो 4,35 का भाई कहना दे देंगे। BKT का टायर है नवे चारे। ठीक अगले गुडियर दे। अच्छा जी। हाँ ਕਿਤੇ ਕਲਮ ਨਹੀਂ ਲੱਗੀ ਰੰਗ ਦੀ ਟਰੈਕਟਰ ਦੇ, ਸਾਰਾ ਰਿਨਰ ਟਰੈਕਟਰ ਬਹੁਤ ਵਧੀਆ ਪਿਆ, ਕੰਡੀਸ਼ਨ ਆ ਉਹ ਵੀ ਦੱਸਦੀ ਆ ਨਾ, ਉਵੇਂ ਇੰਜਨ ਗੇਅਰ ਦਾ ਵੀ ਉਵੇਂ ਆ। ਹਾਂ ਆ ਦੇਖੋ ਇੱਧਰ ਦਿਖਾਈ ਵਿਚਾਲੇ ਆ ਰਾਵਣਾ ਰੱਖੀਆਂ ਹੋਈਆਂ ਬਾਈ ਨੂਰੇ, ਮੈਟ ਵਗੈਰਾ ਮੈਟਿੰਗ ਸਾਰੀ ਜਿਵੇਂ ਆਪਾਂ ਗੱਡੀ 'ਚ ਕਰਾਉਣੇ ਆ ਨਾ ਉਵੇਂ ਸਵਾਈ ਰੱਖੀ ਹੋਈ ਆ ਟਰੈਕਟਰ ਦੀ। ਪਿਓਰ 2015 ਮਾਡਲ ਆ, ਦੇ ਪਲੇਟ ਤੇ ਦੇਖੋ। ਹਾਂ ਇੱਧਰ ਪਲੇਟ ਲੱਗੀ ਆ, ਸਾਡੀ ਨਿਗਾਹ ਪੈ ਰਹੀ ਹੈ ਤੈਨੂੰ, ਕੈਮਰੇ 'ਚ ਨਹੀਂ ਆਉਣੀ ਇਹ। ਤੇ ਟਰੈਕਟਰ ਬਹੁਤ ਵਧੀਆ ਪਿਆ, ਚਲਾਈ ਚਲੂਈ ਦਾ ਬਹੁਤ ਵਧੀਆ ਆਉਣਾ ਇਹਦਾ ਜੀ, ਪੂਰਾ ਵਧੀਆ ਨਵੇਂ ਵਰਗਾ ਚਲਾਈਦਾ। ਅੱਜ ਤਾਂ ਰੇਤਾ ਬੜਾ ਪਈ ਜਾਂਦਾ ਨਾ, ਹਨੇਰੀ ਜੀ ਚੱਲੀ ਜਾਂਦੀ, ਹਨੇਰੀ ਜੀ ਚੱਲੀ ਜਾਂਦੀ ਆ। ਹਾਂ ਤੇ ਗਾਂ ਜੌਂਡੀਅਰ ਤੇ ਇਹਦਾ ਜੌਂਡੀਅਰ ਦਾ ਬਹੁਤ ਬੰਦੇ ਪੁੱਛਦੇ ਸੀ ਸਾਨੂੰ। ਹਾਂਜੀ ਕੀ ਚੱਕਰ ਹੈ ਇਹ, ਮਤਲਬ ਡਿਮਾਂਡ ਬਹੁਤ ਹੈ ਇਹਦੀ ਵੀ। ਵਧੀਆ ਜੀ ਨਾ ਜੌਂਡੀਅਰ ਦਾ ਸ਼ਕੀਨ ਹੈ ਜਿਹੜੇ ਉਹਨਾਂ ਨੇ ਜੌਂਡੀਅਰ ਖਰੀਦਿਆ ਭਰਾ, ਇਹਦਾ ਅਲੱਗ ਹੀ ਫੈਨ ਫੋਲੋਇੰਗ ਜੀ ਆ ਇਹਨਾਂ ਦੀ ਹਨਾ। ਉਹ ਵਧੀਆ ਹੈ ਨਾ, ਇਹਦੇ ਇੱਕ ਚੀਜ਼ ਜੌਂਡੀਅਰ ਨੇ ਕੰਪਨੀ ਦੀ ਖਾਸੀਅਤ ਹੈ, ਇਹਨਾਂ ਤੇ ਕੋਈ ਸੀਲ ਹੈ ਨਹੀਂ ਜੀ। ਅੱਛਾ ਲੀਕ ਨਹੀਂ ਕਰੂਗਾ ਕਿਤੇ। ਠੀਕ ਹੈ ਇਹਨਾਂ ਟਰੈਕਟਰਾਂ ਦੀਆਂ ਕਿਉਂਕਿ ਆਹ ਚੀਜ਼ਾਂ ਨਾ ਜੈਨ ਜੱਪਾ ਨਹੀਂ ਹੈਗਾ ਕਿਤੇ ਵੀ, ਤੁਸੀਂ ਚੈੱਕ ਕਰੋਗੇ ਇਹ ਸਾਡਾ ਇੰਪੋਰਟਡ ਚੀਜ਼ ਆ, ਬ੍ਰਾਂਡ ਆ ਵੀ। ਫੇਸ ਫੂਸ ਇੰਨੇ ਵਧੀਆ ਹੁੰਦੇ ਹੋਣੇ ਨਾ। ਹਾਂ ਆਹ ਚੀਜ਼ਾਂ 'ਚ ਜੈਨ ਕਿਸੇ 'ਚ ਨਹੀਂ ਵੀ, ਕਿਤੋਂ ਇਹਨਾਂ ਫਿਰ ਫੇਸ ਫੂਸ ਹੀ ਐਡੇ ਵਧੀਆ ਹੁੰਦੇ ਹੋਣੇ ਵੀ, ਲੀਕੇਜ ਨਹੀਂ ਹੈਗੀ ਇਹਨਾਂ 'ਚ। ਹਾਂ 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 ਤਾਂ ਕਰਕੇ ਲੋਕ ਜ਼ਿਆਦਾ ਪਸੰਦ ਕਰਦੇ ਆ। ਸਾਈਡ ਗੇਅਰ ਜਿਹੜੇ ਕਾਮਯਾਬ ਹੋਏ ਨਾ ਟਰੈਕਟਰ, ਹਾਂਜੀ ਜਿਵੇਂ ਇਹ ਸਭ ਤੋਂ ਪਹਿਲਾਂ ਜੌਂਡੀਅਰ ਹੀ ਆਇਆ ਸੀਗਾ। ਹਾਂ ਫਿਰ ਹੌਲੈਂਡ ਆ ਗਿਆ, ਸੋਨਾਲਿਕਾ ਤਾਂ ਬਾਅਦ 'ਚ ਆਇਆ ਨਾ। ਠੀਕ ਹੈ ਜੀ। ਸਾਈਡ ਗੇਅਰ ਸਭ ਤੋਂ ਪਹਿਲਾਂ ਇਹ ਜੌਂਡੀਅਰ ਸੀ। ਠੀਕ ਹੈ। ਉਸ ਤੋਂ ਬਾਅਦ ਹੌਲੈਂਡ ਆਇਆ ਗਾ, 3-4 ਤੋਂ ਬਾਅਦ ਸਾਈਡ ਗੇਅਰ। ਹਾਂ ਵੀ ਪਹਿਲਾਂ ਇਹਨਾਂ ਨੇ ਟੈਕਨੋਲੋਜੀ, ਬਾਕੀ ਇਹ ਬਾਹਰਲੀ ਕੰਪਨੀ ਦਾ ਟੈਕਨੋਲੋਜੀ ਬਹੁਤ ਹਾਈ ਹੈ ਇਹਨਾਂ ਦੀ। ਹਾਂ 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 ਜੌਂਡੀਅਰ ਸਾਡਾ ਵਰਲਡ ਵਾਈਡ ਕੰਪਨੀ ਹੈ। ਵਰਲਡ ਵਾਈਡ ਕੰਪਨੀ। ਹਾਂ ਲੋਕ ਤਾਂ ਇਹ ਵੀ ਪਸੰਦ ਕਰਦੇ, ਸਾਰੇ ਹੋਡਾ ਵਾਲੇ ਟਰੈਕਟਰ ਆਉਂਦੇ ਆ, ਬਹੁਤ ਵਧੀਆ ਕਵਰਡ ਕੈਬਿਨ ਵਾਲੇ ਆਉਂਦੇ ਇਹਨਾਂ ਦੇ, ਆਪਣੇ ਤਾਂ ਹਜੇ ਘੱਟ ਨੇ ਇਹ। ਕਹਿ ਲਈਏ ਬਾਹਰ ਤਾਂ ਚੱਲਦਾ ਹੀ ਜੌਂਡੀਅਰ ਆ ਜ਼ਿਆਦੇ। ਤੇ ਇਹਦੇ ਬਾਰੇ ਦੱਸੋ ਫਿਰ ਕਿਹੜਾ ਮਾਡਲ ਵਗੈਰਾ ਹੈ ਇਹ? 2012 ਮਾਡਲ ਵੀ 4,00,000 ਰੁਪਏ ਪ੍ਰੈਸ਼ਰ ਤੇ ਆ ਨਾ ਇਹ ਪਾਵਰ। ਹਾਂ ਪਾਵਰ ਵੀਡੀਓ। ਠੀਕ ਹੈ ਜੀ ਠੀਕ ਹੈ। ਟਾਇਰ ਵਗੈਰਾ ਵਧੀਆ ਪਏ ਇਹਦੇ ਵੀ? ਹਾਂਜੀ ਹਾਂਜੀ ਕਾਫੀ ਪਏ ਆ। ਹਾਂਜੀ ਜਿਵੇਂ ਇਹਦੀ ਟੈਂਕੀ ਪਲਾਸਟਿਕ ਦੀ ਹੈ, ਪਿੱਛੇ ਕੋਈ ਫੁੱਟਣ ਫੱਟਣ ਦਾ ਡਰ ਰਹਿੰਦਾ ਹੋਵੇ? ਇਹ ਟੁੱਟਦੀਆਂ ਨਹੀਂ, ਕੰਪਨੀ ਨੇ ਬਣਾਈ ਇਦਾਂ ਦਾ ਸਿਸਟਮ ਹੈ। ਹਾਰਡ ਬਹੁਤ ਹੁੰਦੀ ਹੈ ਨਾ। ਹਾਂ ਇੱਥੇ ਇਹਦੇ ਨਾ ਤਾਂ ਕੋਈ ਦਾਬ ਪੈਂਦੀ ਹੈ ਨਾ ਕੋਈ ਵਰਤਨ ਦਾ, ਇੱਥੋਂ ਕਦੇ ਵਾਸਤੇ ਚੀਜ਼ ਅੱਗੋਂ ਉੱਠੂਗਾ ਬੜਕੂਆ ਚੀਜ਼, ਜਾਂ ਜ਼ਿਆਦਾਤਰ ਅੱਗੋਂ ਹੀ ਨੁਕਸਾਨ ਹੁੰਦਾ ਹੁੰਦਾ ਕੋਈ ਵੀ ਟਰੈਕਟਰ ਆਏਗਾ ਭੱਜਿਆ ਜਾਂਦਾ। ਆਹ ਚੀਜ਼ ਤਾਂ ਇੱਥੋਂ ਪੂਰਾ ਤਾਂ ਵੜਕਦਾ ਹੀ ਨਾ ਕਦੇ, ਇੱਥੇ ਆ ਜਾਂਦੇ ਸਾਰਾ ਭਾਰ ਹੁੰਦਾ ਹੈਗਾ ਇਹ ਚੀਜ਼ ਨਾਲੇ ਫਿਟਿੰਗ ਇਸ ਹਿਸਾਬ ਦੀ, ਟੈਂਕੀ ਜੇ ਖੁੱਲੂਗੀ ਤਾਂ ਐਂ ਵੱਜੂਗੀ, ਖੁੱਲਦੀ ਹੈ ਨਹੀਂ ਗਿਆ। ਹਾਂ ਅਲੱਗ ਹੀ ਹੈਗੀ ਹੈ ਇਹਨਾਂ ਦੀ ਫੈਨ ਫੋਲੋਇੰਗ। ਅਤੇ ਗਾਂ ਮੈਸੀ 5545 2,500,000 ਰੁਪਏ ਦਾ ਕਿਹੜਾ ਮਾਡਲ? 8 ਮਾਡਲ 8 ਮਾਡਲ ਟਾਇਰ ਪਏ ਆ 50 ਕੁ ਪੈਸੇ 50-60 ਰੁਪਏ ਮੈਸੀ ਚਲਾਈ ਦੀ ਹੈ ਅੱਛਾ ਜ਼ੋਰ ਬਹੁਤ ਲਾਉਂਦਾ 14 ਵਾਲੇ ਟਾਇਰਾਂ ਚ ਆ ਜਾਂਦਾ। ਠੀਕ ਹੈ। ਹਾਂ ਵੀ ਜਿਹਨੇ ਇੱਕ ਵਾਰੀ ਚਲਾ ਲਿਆ ਉਹ ਫਿਰ ਇਹੀ ਕਹਿੰਦਾ ਵੀ ਇਹੀ ਚਲਾਉਣਾ ਹੈ। ਹਾਂ ਉਹੀ ਗੱਲ ਆ। ਹਾਂ ਉਹ ਅਲੱਗ ਅਲੱਗ ਪਸੰਦ ਹੁੰਦੀ ਹੈ ਆਪਣੀ। ਹਾਂ ਜੇ ਲੋਕ ਐਂ ਹੁਣ ਤਾਂ ਨਟਗਰਾਂ ਨੂੰ ਕੋਈ ਆਮ ਹੋਣ ਵਾਲੀ ਵਧੀਰ ਪਸੰਦ ਨਹੀਂ ਕਰਦੀ, ਪਹਿਲਾਂ ਵਾਲੇ ਬਜ਼ੁਰਗ ਕਹਿੰਦੇ ਸੀ ਬਾਏ ਨਟਗਰਾਂ ਚੰਗਾ ਹੀ ਨਟਗਰਾਂ ਲੱਗਦਾ। ਹਾਂ ਉਹ ਚੀਜ਼ਾਂ ਨਾ ਹੋਲੈਂਡ 8 ਮਾਡਲ ਹੈ, ਪਹਿਲੇ ਮਾਲਕ ਦਾ ਭੋਖੜੇ ਪਿੰਡ ਦਾ। ਇੱਧਰ ਦਿਖਾ ਦੇ ਭੋਖੜੇ। ਹਾਂ ਪਹਿਲੇ ਨਾਮ ਪੀ ਬਠਿੰਡਾ ਨੰਬਰ ਹੈ PV03
ਟਾਇਰ ਵੀ ਪੂਰੇ ਹੋ ਪਾਏ ਕਿਹੜਾ ਸਾਈਜ਼ ਹੈ ਟਾਇਰਾਂ ਦਾ ਐਮਆਰਪੀ 16928 ਦੇ 90 ਪਏ ਟਾਇਰ ਤੇ ਹਾਂ ਟਾਇਰ ਨਵੇਂ ਹੀ ਪਏ ਆ ਜਮੇ ਹੀ ਪਏ ਆ ਹਾਂ ਹਾਂ ਮੂਰਲੇ ਵੀ ਨਵੇਂ ਪਏ ਆ ਟਾਇਰ ਤਾਂ ਹਾਂ ਟਰੈਕਟਰ ਇਹ ਬਹੁਤ ਸੋਹਣਾ ਪਿਆ ਕੋਈ ਪੇਟ ਪੂੰਟ ਹੋਵੇ ਜੀ ਨਾ ਨਾ ਕਿਤੋਂ ਨਹੀਂ ਓਰੀਜਨਲ ਸਾਰਾ ਸਾਰਾ ਓਰੀਜਨਲ ਸਾਈਡ ਗੇਅਰ ਹੈ ਹਾਂਜੀ ਪੂਰਾ ਫੁੱਲ ਵਧੀਆ ਟਰੈਕਟਰ ਹੈ ਹੂੰ ਪੱਕਾ ਕਰੀਨਲ ਨਾਲ ਦੀ ਹੈ ਗੋਲ ਵਾਲੀ ਜਿਹੜੀ ਆਉਂਦੀ ਸੀ ਠੀਕ ਹੈ ਠੀਕ ਹੈ ਹਾਂ ਡਬਲ ਡਿਸਟ੍ਰੀਬਿਊਟਰ ਆ ਜਾਂਦਾ ਹੈ ਅੱਛਾ ਕੰਪਨੀ ਮੈਨੂੰ ਆਇਆ ਸੀ ਠੀਕ ਹੈ ਠੀਕ ਹੈ ਹਾਂ ਇਹ 3 ਸਪੀਡ ਜਾਂ ਕਿ 2 ਸਪੀਡ ਵੀਰੇ 8 ਤਾਂ ਹੀ 2 ਸਪੀਡ ਹੈ ਅੱਛਾ 9 ਤੋਂ ਬਾਅਦ ਆਉਣ ਲੱਗਿਆ ਜੇ ਕਰਾਉਣਾ ਹੋਵੇ 28000 ਰੁਪਏ ਲੱਗਦਾ 3 ਸਪੀਡ ਕੰਪਨੀ ਦਾ ਸੀਐਨਐਚ ਦਾ ਸਮਾਨ ਪਾ ਕੇ ਹੋਇਆ ਹਾਂ ਕਿਉਂਕਿ ਫਿਰ ਇਹਨਾਂ ਨੂੰ ਕੰਪਨੀ ਨੇ 3 ਸਪੀਡ ਚ ਕਰਤਾ ਹੀ ਸਮਾਨ ਉਹੀ ਓਰੀਜਨਲ ਪੈ ਜਾਂਦਾ ਹੋਣਾ ਹਾਂ ਹਾਂ ਠੀਕ ਹੈ ਜੀ ਠੀਕ ਹੈ ਠੀਕ ਹੈ ਚਲੋ ਜੀ ਧੰਨਵਾਦ ਤੁਹਾਡਾ ਬਹੁਤ ਬਹੁਤ ਹਨਾ ਤੇ ਮੋਬਾਈਲ ਨੰਬਰ ਇੱਕ ਵਾਰੀ ਫੇਰ ਬੋਲ ਦੋ ਤੇ ਆਪਣਾ ਪਿੰਡ ਵੀ ਬੋਲ ਦੋ ਤੇ ਐਂ ਵੀ ਦੱਸ ਦੋ ਮਤਲਬ ਵੀ ਟਰੈਕਟਰ ਆਪਣੇ ਕੋਲ ਘਰੇ ਵੀ ਖੜੇ ਹੁੰਦੇ ਜੇ ਉੱਥੋਂ ਲੈਣਾ ਹੋਵੇ ਕਿਨੇ ਪਾ ਕੇ ਦੇ ਕੇ ਤਸੱਲੀ ਕਰ ਘਰੇ ਖੜੇ ਹੈਗੇ ਹਾਲੈਂਡ ਖੜਾ ਦੋ ਖੜੇ ਇੱਕ 5500 ਹਾਲੈਂਡ ਖੜਾ ਇੱਕ 3630 ਖੜਾਗਾ 3 ਸਪੀਡ ਵਾਲੇ ਟਾਪ ਵਾਲੇ 12 ਮਾਡਲ ਅੱਛਾ ਜੀ 5500 ਹਾਲੈਂਡ ਖੜਾਗਾ ਆਪਣੇ ਕੋਲੇ ਪਲੱਸ ਵਾਲਾ ਜਿਹੜਾ ਦੂਸਰਾ ਬਿਨਾ ਟਰਬੋ ਤਾਂ ਹਾਂਜੀ ਨਵੇਂ ਟਾਇਰਾਂ ਚ ਦੋਨੋਂ ਨੌਪੀਆਂ ਗਰੁੱਪੀਆਂ ਲੱਗੀਆਂ ਪੂਰੀਆਂ ਘੈਂਟ ਅੱਛਾ ਉਹ ਤਾਂ ਹੁਣ ਆਹ ਬੰਦੇ ਦਾ ਕਰਕੇ ਅਸੀਂ ਲਿਆਉਂਦੇ ਹਾਂ ਹੁਣ ਮੰਡੀ ਘੱਟ ਭਰਦੀ ਹੈ ਨਾ ਹਾਂ 3610 ਖੜਾਗਾ ਨਿਊ ਮਾਡਲ ਹੋਰ ਤਾਂ ਕਰਕੇ ਲਿਆਉਂਦੇ ਨਹੀਂ ਕਿਤੇ ਠੀਕ ਹੈ ਜੀ ਪਿੰਡ ਦੱਸੋ ਪਿੰਡ ਗੈਰੀਪੱਗੀ ਗੈਰੀਪੱਗੀ ਪਿੰਡ ਤੇ ਬਠਿੰਡੇ ਤੋਂ ਮਤਲਬ ਵੀ ਆਪਾਂ ਕਹ ਲਓ 15 ਕਿਲੋਮੀਟਰ ਪੈਂਦਾਗਾ ਤਲਵੰਡੀ ਰੋਡ ਤੇ ਪਿੰਡ ਆਉਂਦਾ ਕਟਾਰ ਸਿੰਘ ਵਾਲਾ ਉੱਥੋਂ ਰੋਡ ਮੁੜਦੀ ਆ ਤੇ ਆਪਣਾ ਮੋਬਾਈਲ ਨੰਬਰ ਦੁਬਾਰੇ ਦੱਸ ਦੋ ਜੀ 98786 0133 ਤੇ ਹਾਂ ਘਰੇ ਜਾ ਕੇ ਬਾਈਆਂ ਦੇ ਕਿਸੇ ਨੇ ਬਾਹ ਕੇ ਦੇਖ ਕੇ ਟਰੈਕਟਰ ਲੈਣਾ ਤਸੱਲੀ ਆਪਣਾ ਟਰਾਈ ਤੇ ਗਿਆ ਹੋਇਆ ਸੀਗਾ ਅੱਛਾ ਜੀ 13 ਮਾਡਲ ਹੈਗਾ ਸੋਨਾਲਿਕਾ 60 ਵਾਲਾ ਅੱਛਾ ਹਾਂ ਪੂਰਾ ਚੰਗਾ ਟਰੈਕਟਰ ਹੈਗਾ ਮਾਨਸਾ ਦਾ ਨੰਬਰ ਆ ਲੋਕਲ ਨੰਬਰ ਹੀ ਹੈ ਮਾਨਸਾ ਮੁਕਸਰ ਬਠਿੰਡਾ ਹਾਂ ਮੈਂ ਦੇਖਿਆ ਵੀ ਤੁਹਾਡੇ ਕੋਲੇ ਜਿਆਦਾ ਇੱਕ ਤਾਂ ਖਾਸੀਅਤ ਹੈ ਕਿ ਪਹਿਲੇ ਨਾ ਹੁੰਦੇ ਆ ਲੋਕਲ ਨੰਬਰ ਹੁੰਦੇ ਆ ਵੀ ਜੈਨੂਅਨ ਜੇ ਟਰੈਕਟਰ ਨੇ ਸਾਰੇ ਹਨਾ ਹਾਂ ਜਿਵੇਂ ਬਹੁਤ ਕਮੈਂਟ ਆਉਂਦੇ ਆ ਵੀ ਯਾਰ ਕੋਈ ਜੈਨੂਅਨ ਜਾਂ ਬੰਦਾ ਮਿਲਾਓ ਆ ਜੈਨੂਅਨ ਦਾ ਚੱਕਰ ਪਤਾ ਕੀ ਹੈ ਜਿਵੇਂ ਹੁਣ ਲੋਕਲ ਨੰਬਰ ਹੈ ਲੋਨ ਲੋਨ ਕਰਾਉਣਾ ਕਿਸੇ ਨੇ ਕਰਨਾ ਕੋਈ ਕੱਲ ਨੂੰ ਸਾਨੂੰ ਦਿੱਕਤ ਨਹੀਂ ਆਉਂਦੀ ਠੀਕ ਹੈ ਉਹ ਨਾਲ ਦੀ ਨਾਲ ਫਟਾਫਟ ਲੋਨ ਹੋ ਜਾਂਦਾ ਅੱਜ ਕੱਲ 70-75% ਲੋਕ ਜਿਹੜੇ ਹੈਗੇ ਅਗਲਾ ਕਹਿੰਦਾ ਹੌਲੀ ਹੌਲੀ ਕਿਸ਼ਤਾਂ 'ਚ ਪੈਸੇ ਮੋੜਦਾ ਹਾਂ ਵੱਡਾ ਟਰੈਕਟਰ ਹੈ ਆਪਾਂ ਲੋਨ ਕਰਵਾ ਲੈ ਠੀਕ ਹੈ ਹਾਂ ਲੋਨ ਵੀ ਕਰਵਾ ਦਿੰਦੇ ਕੋਈ ਚੱਕਰ ਮਤਲਬ ਵੀ ਜਿਹੜਾ 3 ਲੱਖ ਕੀਮਤ ਦਾ ਟਰੈਕਟਰ ਹੁੰਦਾ 3-5 ਲੱਖ ਦਾ ਉਹ ਤੇ ਅਗਲਾ ਲੋਨ ਕਰਾਉਂਦਾ ਤੇ ਉਹ 1 ਲੱਖ ਰੁਪਏ ਡਾਊਨਮੈਂਟ ਦੇ ਡਾਊਨ ਪੇਮੈਂਟ ਦੇ ਕੇ ਬਾਕੀ ਲੋਨ ਹੋ ਜਾਂਦਾ ਉੱਚੇ ਮਾਲ ਟਰੈਕਟਰ ਤੇ ਹੋ ਜਾਂਦਾ ਤਕਰੀਬਨ ਸਾਰਿਆਂ ਦੇ ਠੀਕ ਹੈ ਜੀ ਠੀਕ ਹੈ ਕਿਆ ਵੀ ਟ੍ਰਾਈ ਲੈਣ ਗਏ ਸੀਗੇ ਹਾਂ ਟ੍ਰਾਈ ਲੈਣ ਹਾਂ ਸਾਰਾ ਰੀਨਲ ਟਰੈਕਟਰ ਪੂਰਾ ਚੰਗਾ ਟਰੈਕਟਰ ਹੈ ਮਾਨਸਾ ਇਹ ਟਰੈਕਟਰ ਹਾਂ ਮਾਨਸਾ ਦਾ ਨੰਬਰ ਹੈ ਪਹਿਲੇ ਮਾਲ ਠੀਕ ਹੈ ਜੀ ਚਲੋ ਠੀਕ ਹੈ ਜੀ ਸ਼ੁਕਰੀਆ ਤੇ ਆਪਾਂ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਕੋਸ਼ਿਸ਼ ਕਰਾਂਗੇ ਗਾਹ ਦਾ ਆਪਾਂ ਲਾਈਵ ਹੋ ਸਕੀ ਹੈ ਨਾ ਡਾਇਰੈਕਟ ਹਾਂ ਵੀਰੇ ਤੇ ਲਾਈਵ ਸੌਦੇ ਸੁੱਦੇ ਵੀ ਦਿਖਾਵਾਂਗੇ ਆਪਾਂ ਹਜੇ ਨਾ ਮੰਡੀ ਘੱਟ ਭਰ ਰਹੀ ਆ ਤੇ ਚਲੋ ਵੀਰੇ ਸ਼ੁਕਰੀਆ ਠੀਕ ਹੈ ਹਜੇ ਨਾ ਮੰਡੀ ਵੀਰੋ ਘੱਟ ਭਰ ਰਹੀ ਆ ਕਿਉਂਕਿ ਆਕਸੀਜਨ ਚੱਲੀ ਜਾਂਦਾ ਕਣਕ ਬੀਜੀ ਜਾਂਦਾ 2 ਹਫ਼ਤਿਆਂ ਬਾਅਦ ਮੰਡੀ ਪੂਰੀ ਭਰਨ ਲੱਗੂਗੀ ਫਿਰ ਲਾਈਵ ਸੌਦੇ ਸੁੱਦੇ ਦਿਖਾਵਾਂਗੇ ਸਾਨੂੰ ਵੀ ਵੀਡੀਓ ਬਣਾਉਣ ਦਾ ਫਿਰ ਸਵਾਦ ਆਉਂਦਾ ਹੁਣ ਤਾਂ ਯਾਰ ਖਾਲੀ ਜੀ ਪਈ ਆ ਵੀ ਕੰਮ ਜਾਂ ਇਹਨਾਂ ਹੈ ਨਹੀਂਗਾ ਗਾਹਕ ਵੀ ਘੱਟ ਪੈ ਰਿਹਾ ਤੇ ਟਰੈਕਟਰ ਵੇਚਣ ਨੂੰ ਵੀ ਘੱਟ ਆ ਰਿਹਾ ਸੇਲ ਪ੍ਰੋਜੈਕਟ ਦਾ ਕੰਮ ਘਟਿਆ ਹੋਇਆਗਾ ਤੇ ਬਾਕੀ ਸਾਡੇ ਨਾਲ ਜੁੜੇ ਰਹੋ ਵੀਡੀਓ ਕਿਵੇਂ ਦੀਆਂ ਲੱਗਦੀਆਂ ਉਹ ਵੀ ਜ਼ਰੂਰ ਦੱਸਿਆ ਕਰੋ ਤੁਹਾਡਾ ਬਹੁਤ ਵਧੀਆ ਰਿਸਪੌਂਸ ਆਉਂਦਾ ਹਨਾ ਤੇ ਇੱਕ ਗੱਲ ਹੋਰ ਜੇ ਕਿਸੇ ਵੀਰ ਨੇ ਕੋਈ ਚੀਜ਼ ਬੇਗਾਰਾ ਵੇਚਣੀ ਹੁੰਦੀ ਆ ਘਰੇ ਖੜੀ ਆ ਪ੍ਰੋਮੋਸ਼ਨ ਕਰਨੀ ਆ 9466304642 ਆ ਨੰਬਰ ਦੇ ਉੱਪਰ ਕਦੋਂ ਵੀ ਵਟਸਐਪ ਮੈਸੇਜ ਕਰ ਦਿਓ ਵਟਸਐਪ ਕਾਲ ਕਰ ਲਿਓ ਬੇਨਿਸ਼ਚਿੰਤ ਹੋ ਕੇ ਕਾਲ ਕਰ ਲਓ ਮੈਸੇਜ ਕਰ ਲਓ ਇਹ ਨੰਬਰ ਤੇ ਵਟਸਐਪ ਵਾਲਾ ਕਰਿਓ ਤੇ ਆਪਾਂ ਤੁਹਾਡੀ ਫ੍ਰੀ ਦੇ ਵਿੱਚ ਪ੍ਰੋਮੋਸ਼ਨ ਵੀ ਕਰਾਂਗੇ ਐਡ ਵੀ ਪਾ ਦਾਂਗੇ ਕੋਈ ਪੈਸਾ ਨਹੀਂ ਫ੍ਰੀ ਚ ਆ ਵੀਰੋ ਜੁੜੇ ਰਹੋ ਸਾਡੇ ਨਾਲ ਤੇ ਅਗਲੀ ਵੀਡੀਓ ਦਾ ਇੰਤਜ਼ਾਰ ਕਰਿਓ ਜਲਦੀ ਆਊਗੀ ਥੈਂਕ ਯੂ ਧੰਨਵਾਦ ਬਲਦੇਵ ਸਿੰਘ ਜੀ ਖੜੇ ਨੇ ਇਹ ਆਲ ਇੰਡੀਆ ਆਇਸ਼ਰ ਦਾ ਸੇਲਸ ਦਾ ਦੇਖਦੇ ਨੇ ਆਇਸ਼ਰ ਕੰਪਨੀ ਵੱਲੋਂ ਇੱਥੇ ਅੱਜ ਇਹ ਡੈਮੋ ਪੀਸ ਲਗਾਇਆ ਗਿਆ ਆਪ ਤੇ ਕਿੰਨੇ ਕ ਦਾ ਦੇਣਾ ਇਹ 1,60,000 ਰੁਪਏ ਰੇਟ ਲਿਖਿਆ ਬਾਕੀ ਕੋਈ ਬੜਾ ਬੜਾ ਫਰਕ ਨਹੀਂ ਜੀ ਕਰ ਲੋਗੇ ਹੈ ਕਿੰਨੇ ਕ ਦਾ ਛੱਡੇਗਾ ਇਹ ਫਿਰ 18 ਤਾਈ 118 ਉਦੋਂ ਨਹੀਂ ਕੱਢਦਾ ਨਹੀਂ 16 ਲੱਗ ਗਿਆ ਹੋਇਆ ਬਾਈ ਅੱਛਾ 16 ਲੱਗ ਗਿਆ ਹੋਇਆ ਠੀਕ ਹੈ ਜੀ ਕੋਈ ਦਿੱਕਤ ਆਹ ਕੋਈ ਨਹੀਂ 2 ਲੱਖ ਆ ਕੋਈ ਨਹੀਂ ਆਲੇ ਇਹਦੇ ਵਿੱਚੋਂ ਕੱਢ ਕੇ ਦੇ ਨਾਲ ਮੋੜ ਦੇ ਨਾਲ ਕਿਵੇਂ